ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਇਹ ਆਪਾਂ ਆਈਸ਼ਰ 557 ਦੇ ਟਰਬੋ ਚਾਰਜਰ ਲਾਇਆ ਜੀ। ਇਹ 50 ਪਾਵਰ ਟਰੈਕਟਰ ਹੁੰਦਾ ਜੀ ਪਹਿਲਾਂ। ਇਹ ਦੇਖੋ ਹੁਣ ਤੁਸੀਂ ਇਹਦੀ ਖਿਚਾਈ ਦੇਖੋ ਅਤੇ ਆਵਾਜ਼ ਦੇਖੋ ਇਹਦੀ। 13 ਕਲਟੀਵੇਟਰਾਂ 'ਤੇ ਇਸ ਵੇਲੇ ਵਗਦਾ ਪਿਆ ਜੀ। ਇਹ 2200 ਚੱਕਰਾਂ 'ਤੇ ਚੱਲਦਾ। ਪੂਰੀ ਮੰਜੀ ਥੱਲੇ ਲੱਗੀ ਹੋਈ ਹੈ ਬਾਈ। ਕੋਈ RPM ਡਰੋਪੇਜ ਨਹੀਂ, ਕੁਛ ਨਹੀਂ। ਵੀਰ ਜੀ ਹੁਣਾਂ ਕੋਲ ਇੱਕ ਪਹਿਲਾਂ 650 ਟਰੈਕਟਰ ਚੱਲਦਾ ਟਰਬੋ ਚਾਰਜਰ ਵਾਲਾ, ਅਤੇ ਹੁਣ ਇਹਨਾਂ ਨੇ 557 ਦੇ ਵੀ ਟਰਬੋ ਚਾਰਜਰ ਲਵਾਇਆ। ਅਤੇ ਬਾਕੀ ਤੁਹਾਨੂੰ ਉਹਨਾਂ ਨਾਲ ਗੱਲਬਾਤ ਤੋਂ ਬਾਅਦ, ਉਹਨਾਂ ਦੇ ਚਲਾਉਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਇਹਦੇ ਅਤੇ ਉਹਦੇ 'ਚ ਕਿੰਨਾ ਕੁ ਡਿਫਰੈਂਸ ਆ ਆਪਣੇ ਟਰਬੋ ਲਾਏ ਦੇ ਵਿੱਚ ਅਤੇ ਜੈਨੂਨ ਟਰਬੋ ਦੇ ਵਿੱਚ। ਜ਼ਰੂਰ ਤੁਹਾਨੂੰ ਦੁਬਾਰਾ ਵੀ ਅਸੀਂ ਦੋਵੇਂ ਟਰੈਕਟਰਾਂ ਦੀ ਬਰਾਬਰ ਵੀਡੀਓ ਬਣਾ ਕੇ ਪਾਵਾਂਗੇ। ਦੇਖੋ ਕੋਈ ਲੀਵਰ ਨੂੰ ਹੱਥ ਨਹੀਂ ਲਾਇਆ, ਲੈਫਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਹੈਗੀ। ਝਾਈ ਦੇਖੋ ਤੁਸੀਂ, ਟਰੈਕਟਰ ਦੇ ਟਾਇਰ ਘੁਮਾਈ ਜਾਂਦਾ ਅਤੇ ਬਟ RPM ਡਰੋਪੇਜ ਨਹੀਂ ਹੈਗੀ। ਆਪਣਾ ਪਤਾ ਹੈਗਾ ਜੀ ਢਿੱਲੋਂ ਟਰੈਕਟਰ, ਗੁਗਵਾਣੀ, ਤਹਿਸੀਲ ਜ਼ੀਰਾ, ਡਿਸਟ੍ਰਿਕਟ ਫਿਰੋਜ਼ਪੁਰ, ਪੰਜਾਬ। ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਫਿਟਿੰਗ, ਕਿੱਦਾਂ ਦੀ ਲੱਗੀ ਆਵਾਜ਼, ਕਿੱਦਾਂ ਦੀ ਲੱਗੀ ਖਿਚਾਈ, ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਰੇ, ਕਿਉਂਕਿ ਤੁਹਾਡੇ ਕਮੈਂਟ ਨਾਲ ਹੀ ਸਾਨੂੰ ਪਤਾ ਲੱਗਣਾ ਸਾਡੇ ਕੰਮ 'ਚ ਅਜੇ ਤੱਕ ਕਿੱਥੇ ਕਿਤੇ ਕਮੀ ਹੈ, ਕੀ ਹੈਗਾ, ਜ਼ਰੂਰ ਦੱਸਿਓ। ਥੈਂਕ ਯੂ ਵੀਰ ਜੀ।